ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਵਿੰਦ ਕੌਰ, ਅੱਜ ਦੀਆਂ ਪੰਜਾਬੀ ਖਬਰਾਂ ਲੈ ਕੇ ਹਾਜ਼ਰ ਹਾਂ ਅਤੇ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਭਾਈ ਜਗਤਾਰ ਸਿੰਘ ਤਾਰਾ ਨੂੰ ਕੋਰਟ ਨੇ UAPA ਦੇ ਕੇਸ ਦੇ ਵਿੱਚੋਂ ਕੀਤਾ ਬਰੀ, ਸਾਰੇ ਦੋਸ਼ ਨਿਕਲੇ, ਬੇਬੁਨਿਆਦ, ਸੰਗਤ ਦੇ ਵਿੱਚ ਖੁਸ਼ੀ ਦੀ ਲਹਿਰ। ਆਪ ਦੇ ਵਿਧਾਇਕ ਕੁਲਵੰਤ ਪੰਡੋਰੀ ਨੇ ਅਰਦਾਸ ਦੇ ਸ਼ਬਦਾਂ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਜੋੜ ਕੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਜਥੇਦਾਰ ਨੇ ਲਿਆ ਸਖ਼ਤ ਨੋਟਿਸ। ਇੱਕ ਜੂਨ ਤੋਂ 6 ਜੂਨ ਤੱਕ ਮਨਾਇਆ ਜਾਵੇਗਾ ਸ਼ਹੀਦੀ ਸਪਤਾਹ। ਰੋਜ਼ ਦੇ ਵਜੋਂ ਸਿੱਖ ਸਜਾਉਣ ਕਾਲੀਆਂ ਦਸਤਾਰਾਂ ਤੇ ਬੀਬੀਆਂ ਲੈਣ ਕਾਲੇ ਦੁਪੱਟੇ। ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸੰਗਤ ਨੂੰ ਕੀਤੀ ਅਪੀਲ। ਪੀਐਮ ਮੋਦੀ ਦੇ ਪੰਜਾਬ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਪਟਿਆਲਾ ਹਲਕਾ ਹੋਇਆ ਪੁਲਿਸ ਛਾਉਣੀ ਦੇ ਵਿੱਚ ਤਬਦੀਲ। ਗੁੱਸੇ ਦੇ ਵਿੱਚ ਆਏ ਕਿਸਾਨਾਂ ਨੇ ਕੀਤਾ ਭਾਰੀ ਵਿਰੋਧ, ਕਿਹਾ ਦੇਸ਼ ਦੇ ਅੰਨਦਾਤਿਆਂ ਦੇ ਨਾਲ ਟਕਰਾਉਣ ਵਾਲੇ ਦਾ ਜਲਦ ਹੋਵੇਗਾ ਅੰਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਈ ਜਗਤਾਰ ਸਿੰਘ ਤਾਰਾ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਭਾਈ ਸਾਹਿਬ ਨੂੰ UAPA ਦੇ ਕੇਸ ਦੇ ਵਿੱਚੋਂ ਕੋਰਟ ਨੇ ਬਰੀ ਕਰ ਦਿੱਤਾ। ਵੀਡੀਓ ਕਾਨਫਰੰਸ ਜ਼ਰੀਏ ਉਹਨਾਂ ਦੀ ਪੇਸ਼ੀ ਹੋਈ ਹੈ। ਦੱਸ ਦਈਏ ਕਿ ਉਹ ਤਿਹਾੜ ਜੇਲ੍ਹ ਦੇ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤੇ ਦੇ ਕਤਲ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਹੁਣ ਜਲੰਧਰ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ, ਜਿਸ ਦੇ ਨਾਲ ਹੀ ਇਹ ਵੀ ਸਾਫ਼ ਹੋ ਚੁੱਕਿਆ ਕਿ ਉਹਨਾਂ ਉੱਤੇ ਪੁਲਿਸ ਦੇ ਵੱਲੋਂ ਲਾਏ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਅੱਜ ਦਾ ਕੇਸ ਭਾਈ ਜਗਤਾਰ ਸਿੰਘ ਧਾਰੇ ਤੇ ਥਾਣਾ ਗੁਰਾਇਆ ਦੇ ਵਿੱਚ ਸੀਗਾ, ਪੁਲਿਸ ਦਾ ਬਣਾਇਆ ਹੋਇਆ ਤੇ ਪਿਛਲੇ ਕਾਫੀ ਸਮੇਂ ਲੰਬੇ ਸਮੇਂ ਤੋਂ ਇਹ ਕੇਸ ਜਿਹੜਾ ਸੀਗਾ ਜਰੀਆ ਚੱਲਣ ਡਿਆ ਸੀ। 20 ਤਰੀਕ ਨੂੰ SMLA ਦੀ 20 ਤਰੀਕ ਨੂੰ ਬਹਿਸ ਕੀਤੀ ਸੀ, ਕੇਸ ਚੰਗਾ ਬਣ ਗਿਆ ਸੀ ਤੇ ਅੱਜ ਕਚਹਿਰੀ ਨੇ ਭਾਈ ਸਾਹਿਬ ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਜਿਹੜਾ ਸੀਗਾ ਇਹਦੇ ਵਿੱਚ ਹਥਿਆਰ ਬਣਾਇਆ ਸੀ, UAPA ਥੱਲੇ ਕੇਸ ਸੀਗਾ, ਹੋਰ ਵੀ ਕਈ ਧਾਰਾਂ ਲਾਈਆਂ ਸੀ। ਪਰ ਕੇਸ ਵਾਹਿਗੁਰੂ ਨੇ ਮਿਹਰ ਕੀਤੀ ਹੈ, ਕੇਸ ਦੇ ਵਿੱਚ ਆਪਣੀ ਫਤਿਹ ਹੋਈ ਹੈ ਤੇ ਭਾਈ ਸਾਹਿਬ ਜਿਹੜਾ ਉਹਨਾਂ ਦੇ ਇਹ ਕੇਸ ਦੀ ਸਾਰੀਆਂ ਧਾਰਾਂ ਖਾਰਜ ਕਰਕੇ ਉਹਨਾਂ ਨੂੰ ਬਾਅਦ ਵਿੱਚ ਬਰੀ ਕਰ ਦਿੱਤਾ। ਜਗਤਾਰ ਸਿੰਘ ਤਾਰਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ। ਅੱਜ ਭਾਈ ਸਾਹਿਬ ਨੂੰ ਪੇਸ਼ ਫਿਜ਼ੀਕਲੀ ਨਹੀਂ ਕੀਤਾ ਕੋਰਟ ਦੇ ਵਿੱਚ, ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਕੀਤਾ। ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ, ਉਹਨਾਂ ਦੀ ਸਿਹਤ ਠੀਕ ਹੈ, ਉਹ ਖੁਸ਼ ਸੀਗੇ ਫੈਸਲੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਮੁੱਚੇ ਸਿੱਖ ਪੰਥ ਨੂੰ ਵਧਾਈ ਦੇਣਾ ਕਿ ਸਾਡਾ ਵੀਰ ਜਗਤਾਰ ਸਿੰਘ ਤਾਰਾ ਜੋ ਕਾਫੀ ਜੇਲ੍ਹ ਵਿੱਚ ਬੰਦ ਨੇ, ਇੱਕ ਜਿਹੜਾ UPA ਦੇ ਕੇਸ ਅੰਡਰ ਕੇਸ ਦਰਜ ਸੀ ਉਸ ਤੋਂ ਬਰੀ ਹੋਏ ਨੇ। ਮੈਂ ਖਾਲਸਾ ਪੰਥ ਨੂੰ ਦੁਬਾਰਾ ਵਧਾਈ ਦੇਣਾ ਵਾਂ ਅਤੇ ਆਸ ਕਰਦਾ ਵੀ ਬੜੀ ਛੇਤੀ ਉਹ ਰਿਹਾ ਹੋ ਕੇ ਸਾਡੇ ਵਿੱਚ ਆਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤਾਰ ਸਿੰਘ ਤਾਰਾ ਜਿਹੜਾ ਜਲੰਧਰ ਕੇਸ ਚੱਲਦਾ ਸੀ ਉਹਦੇ ਜੋ ਬਰੀ ਹੋਏ ਹਨ,
ਤੇ ਮਹਾਰਾਜ ਕਿਰਪਾ ਕਰੇ ਜਗਤਾਰ ਸਿੰਘ ਤਾਰੇ ਦੇ ਸਾਰੇ ਕੇਸ ਜਿਹੜੇ ਬਰੀ ਹੋ ਜਾਣ ਤੇ ਸਾਡੇ ਭਰਾਵਾਂ ਚ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਦੀ, ਜੋ ਕਿ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ। ਇਹ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੇ ਪੁੱਤਰ ਹਨ, ਜੋ ਕਿ ਕੌਮ ਦੇ ਲਈ ਸ਼ਹੀਦ ਹੋ ਗਏ ਸਨ। ਤੇ ਇੱਕ ਅਜਿਹਾ ਵੇਲਾ ਵੀ ਸੀ ਜਦੋਂ ਉਸ ਵੇਲੇ ਦੇ ਜ਼ਾਲਮ DGP KPS ਗਿੱਲ ਉੱਤੇ ਇਸ ਯੋਧੇ ਭਾਈ ਰਛਪਾਲ ਸਿੰਘ ਛੰਦੜਾ ਨੇ ਥੁੱਕਿਆ ਤੇ ਉਸਦੀ ਔਕਾਤ ਦੱਸੀ ਸੀ। ਤੇ ਹੁਣ ਇਸ ਯੋਧੇ ਦਾ ਪੁੱਤਰ ਹਲਕਾ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਿਹਾ ਹੈ। ਭਾਈ ਰਛਪਾਲ ਸਿੰਘ ਛੰਦੜਾ ਦੇ ਜੀਵਨ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਤੁਸੀਂ ਦੱਸਿਆ ਕਿ ਤੁਸੀਂ 13 ਦਿਨ ਦੇ ਸੀਗੇ ਜਦੋਂ ਤੁਹਾਡੇ ਦਾਦਾ ਜੀ ਦੀ ਸ਼ਹਾਦਤ ਹੁੰਦੀ ਹੈ, ਤੇ ਉਸ ਤੋਂ ਬਾਅਦ ਕੁਝ ਮਹੀਨਿਆਂ ਦੇ ਸੀ ਜਦੋਂ ਤੁਹਾਡੇ ਪਿਤਾ ਰਛਪਾਲ ਸਿੰਘ ਛੰਦੜਾ ਦੀ ਸ਼ਹਾਦਤ ਹੁੰਦੀ ਹੈ। ਤੁਸੀਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਹੋ, ਉਹਨਾਂ ਦਾ ਫੇਸ ਵੀ ਸਿਰਫ ਫੋਟੋਆਂ 'ਚ ਹੀ ਵੇਖਿਆ ਹੋਏਗਾ, ਉਹਨਾਂ ਦੀ ਗੋਦ ਦਾ ਨਿੱਘ ਵੀ ਜੋ ਤੁਸੀਂ ਮਾਣਿਆ ਉਹਦੇ ਬਾਰੇ ਤੁਹਾਨੂੰ ਯਾਦ ਵੀ ਨਹੀਂ ਹੋਣਾ, ਪਰ ਫਿਰ ਵੀ ਉਹਨਾਂ ਦੀ ਸ਼ਖਸੀਅਤ ਬਾਰੇ ਕਿੰਨਾ ਕੁ ਜਾਣਦੇ ਹੋ, ਕਿੰਨਾ ਕੁ ਸੁਣਿਆ? ਗੱਲ ਇਹ ਹੈ ਮੈਮ, ਇੱਕ ਹੁੰਦਾ ਨਾ ਵੀ ਜਦੋਂ ਵਿਰਾਸਤ ਦੇ ਵਿੱਚ ਥੋੜੀ ਲੈਗਸੀ ਜਿਹੜੀ ਚੱਲ ਰਹੀ ਹੁੰਦੀ ਹੈ ਵੀ ਉਹਨੂੰ ਤੁਸੀਂ ਅੱਗੇ ਲੈ ਕੇ ਚੱਲ ਰਹੇ ਹੁੰਦੇ ਹੋ। ਜਿਵੇਂ ਫਾਦਰ ਸਾਹਿਬ ਤੇ ਦਾਦਾ ਜੀ ਜਦੋਂ ਇਕੱਠੇ ਫੜੇ ਗਏ, ਜਦ ਮੈਂ 13 ਦਿਨ ਦਾ ਸੀਗਾ, ਤੇ ਉੱਥੇ ਨਾਲੇ ਦਾਦਾ ਜੀ ਨੂੰ ਪਤਾ ਸੀ ਵੀ ਮੈਨੂੰ ਵੀ ਹੁਣ ਜੇ ਰਛਪਾਲ ਨੂੰ ਜੇ ਮੈਂ ਕੱਢਦਾ ਤੇ ਵੀ ਮੈਨੂੰ ਸ਼ਹੀਦ ਕਰਨਗੇ, ਪਰ ਉਹਨਾਂ ਨੇ ਉਦੋਂ ਜਿਹੜਾ ਹੈਗਾ ਵੀ ਸਾਰਾ ਆਪਣੇ ਦੇ ਰੱਖ ਕੇ ਵੀ ਫਾਦਰ ਸਾਹਿਬ ਨੂੰ ਉਦੋਂ ਕੱਢਿਆ ਹਨਾ। ਤੇ ਹੁਣ ਜਦ ਲੋਕਾਂ ਦੇ ਵਿੱਚ ਦਾਦੀ ਜੀ ਨੇ ਮੈਨੂੰ ਲੁੱਕ ਛਿਪ ਕੇ ਕਰਿਆ ਤੇ ਅਸੀਂ ਪਿੰਡ ਦੇ ਵਿੱਚ ਜਾਂਦੇ ਸੀਗੇ, ਤੇ ਮੈਂ ਪੜ੍ਹਦਾ ਗੁਰੂਆਸਾ ਟਰੱਸਟ ਚੰਡੀਗੜ੍ਹ ਹੁੰਦਾ ਸੀ, ਤੇ ਪਰ ਜੇ ਪਿੰਡਿਆਂ ਨੇ ਪੁੱਛਣਾ ਵੀ ਕਿੱਥੇ ਪੜ੍ਹਦੇ, ਤੇ ਉਹਨਾਂ ਨੇ ਕਹਿਣਾ ਜੀ ਵੀ ਇਹ ਬੜੂ ਸਾਹਿਬ ਪੜ੍ਹਦਾ, ਤੇ ਉਦੋਂ ਐਂ ਹੁੰਦਾ ਸੀ ਯਾਰ ਵੀ ਦਾਦੀ ਜੀ ਵੀ ਝੂਠ ਮਾਰਦੇ, ਤੁਹਾਡੀ ਪਹਿਚਾਣ ਕੋਈ ਜਾਣਦੀ ਸੀ? ਉਹ ਇਸੇ ਕਰਕੇ ਸੀਗਾ ਕਿਉਂਕਿ ਵੀ ਉਦੋਂ ਵੀ ਸਾਡੀ ਜਿਹੜੇ ਪੁਲਿਸ ਪਤਾ ਕਰਦੀ ਰਹਿੰਦੀ ਸੀ ਵੀ ਕਿੱਥੇ ਆ ਉਹਨਾਂ ਦਾ ਪਰਿਵਾਰ ਜਾਂ ਕੀ ਕਰ ਰਹੇ ਆ। ਸੋ ਇਸ ਕਰਕੇ ਹਮੇਸ਼ਾ ਦਾਦੀ ਜੀ ਨੇ ਵੀ ਲੁੱਕ ਛਿਪ ਕੇ ਹੀ ਮੈਨੂੰ ਪਾਲਿਆ ਤੇ ਹਨਾ ਵੱਡਾ ਕਰੇ, ਤੇ ਫਿਰ ਲੋਕ ਜਿਹੜੇ ਤੁਹਾਨੂੰ ਰਿਸਪੈਕਟ ਨਾਲ ਜਿਹੜੇ ਦੇਖਦੇ ਸੀਗੇ ਹਨਾ, ਵੀ ਤੁਹਾਨੂੰ ਹਮੇਸ਼ਾ ਵੀ ਬਹੁਤ ਸਤਿਕਾਰ ਜਦ ਮਿਲਦਾ ਸੀ, ਤੇ ਉੱਥੇ ਫਿਰ ਇਹ ਹੁੰਦਾ ਸੀਗਾ ਵੀ ਅਸੀਂ ਬਾਕੀ ਬੱਚਿਆਂ ਨੂੰ ਕੋਈ ਡਿਫਰੈਂਟ ਹੈਗੇ ਵੀ ਜਿਹੜੀ ਤੁਹਾਨੂੰ ਰਿਸਪੈਕਟ ਮਿਲ ਰਹੀ ਆ। ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਮੈਂ ਕਿਹਨਾਂ ਦਾ ਵਾਰਸ ਹਾਂ, ਤੇ ਜਦੋਂ ਉਹ ਜਦ ਚੀਜ਼ ਤੁਹਾਡੇ ਨਾਲ ਜੁੜਦੀ ਆ ਫਿਰ ਆਟੋਮੈਟਿਕ ਆ ਵੀ ਜਦੋਂ ਤੁਹਾਡੀ ਡਿਊਟੀਆਂ ਵੱਧ ਜਾਂਦੀਆਂ ਨੇ ਉਹਦੇ ਵਿੱਚ, ਤੇ ਜਦ ਡਿਊਟੀਆਂ ਵੱਧਦੀਆਂ ਨੇ ਫਿਰ ਤੁਸੀਂ ਕੋਈ ਵੀ ਚੀਜ਼ ਕਰਨੀ ਹੁੰਦੀ ਆ ਦਸ ਵਾਰ ਪਹਿਲਾਂ ਆਪਣੇ ਪਰਿਵਾਰ ਬਾਰੇ ਆਪਣੇ ਪਿਛੋਕੜ ਬਾਰੇ ਸੋਚੋਗੇ ਵੀ ਮੈਂ ਕਿਹਨਾਂ ਦਾ ਵਾਰਸ ਹਾਂ, ਤੇ ਵੀ ਉਸ ਹਿਸਾਬ ਨਾਲ ਤੁਸੀਂ ਆਪਣੇ ਡਿਸੀਜ਼ਨ ਲੈਂਦੇ ਹੋ। ਤੇ ਇਹੀ ਹੈਗਾ ਜੀ, ਸ਼ੁਰੂ ਤੋਂ ਜਿੰਨਾ ਕੁ ਵੀ ਮੈਂ ਡਿਸੀਜ਼ਨ ਲੈ ਕੇ ਜਿੱਥੇ ਅੱਜ ਪਹੁੰਚਿਆ ਵਾਂ ਉਹ ਫਾਦਰ ਸਾਹਿਬ ਦੀ ਬਦੌਲਤ ਆ, ਤੇ ਕੁਛ ਵੀ ਹੁੰਦਾ ਉਹਨਾਂ ਨੂੰ ਪਹਿਲਾਂ ਰੱਖ ਕੇ ਅਸੀਂ ਸੋਚੀਦਾ ਵੀ ਕੀ ਅਸੀਂ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਤੁਹਾਡੇ ਫਾਦਰ ਦਾ ਕੌਮ ਦੇ ਵਿੱਚ ਬੜਾ ਵੱਡਾ ਰੁਤਬਾ, ਉਹਨਾਂ ਨੂੰ ਕੌਮ ਦੇ ਜਰਨੈਲ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੇ KPS ਗਿੱਲ ਦਾ ਅੰਨਾ ਤਸ਼ੱਦਦ ਸਿਹਾ ਹੈ, ਪਰ ਜ਼ੁਲਮ ਦੇ ਅੱਗੇ ਤੇ ਉਸ ਸਮੇਂ ਦੀ ਹਕੂਮਤ ਤੇ ਪੁਲਿਸ ਦੇ ਅੱਗੇ ਗੋਡੇ ਨਹੀਂ ਟੇਕੇ। ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਸ਼ੁਰੂਆਤ ਦੇ ਵਿੱਚ ਕਿ KPS ਗਿੱਲ ਦੇ ਮੂੰਹ ਤੇ ਥੁੱਕਣ ਦੀ ਜੁਰਤ ਰੱਖਣ ਵਾਲੇ ਭਾਈ ਰਛਪਾਲ ਸਿੰਘ ਛੰਦੜਾ, ਉਹ ਘਟਨਾਕ੍ਰਮ ਕੀ ਸੀ, ਕਿਵੇਂ ਹੋਇਆ ਸੀ ਜਦੋਂ ਉਹਨਾਂ ਨੇ KPS ਗਿੱਲ ਦੇ ਮੂੰਹ ਤੇ ਥੁੱਕਿਆ ਸੀ? ਇਹ 11 June 1992 ਦੀ ਗੱਲ ਹੈ ਜੀ। ਫਾਦਰ ਸਾਹਿਬ ਅਤੇ ਨਾਲ ਭਾਈ ਜਗਦੀਸ਼ ਸਿੰਘ ਦਿਸ਼ਾ ਸੀਗੇ, ਅਤੇ ਇਹ ਸਾਈਕਲ 'ਤੇ ਆਪਣੇ ਨਾਲੇ ਇੱਥੇ ਹੈਗਾ 2 ਕਿਲੋਮੀਟਰ ਦੇ ਗਿੱਲ ਪਿੰਡ ਜਿੱਥੇ ਤੁਸੀਂ ਨਹਿਰ ਤੋਂ ਆਏ ਉੱਧਰ ਨੂੰ ਚੱਲ ਕੇ, ਉਹ ਨਹਿਰ ਤੋਂ ਸਾਈਕਲ 'ਤੇ ਚੱਲ ਰਹੇ ਸੀਗੇ, ਅਤੇ ਉੱਥੇ ਇਹਨਾਂ ਦੀ ਜਿਹੜੀ ਪਛਾਣ ਕਿਸੇ ਕੈਟ ਵੱਲੋਂ ਕਰ ਦਿੱਤੀ ਗਈ ਸੀ ਵੀ ਇਹ ਰਛਪਾਲ ਸਿੰਘ ਛੰਦੜਾ ਨੇ, ਕਿਉਂਕਿ ਫਾਦਰ ਸਾਹਿਬ ਦੀ ਜਿਹੜੀਆਂ ਫੋਟੋਆਂ ਸੀਗੀਆਂ ਬਹੁਤ ਘੱਟ ਸੀਗੀਆਂ। ਮੈਂ ਵੀ ਤੁਹਾਨੂੰ ਮੈਂ ਹੁਣ ਛੋਟੇ ਹੁੰਦੇ ਤੋਂ ਇੱਕ ਫੋਟੋ ਦੇਖ ਕੇ ਮੈਂ ਵੱਡਾ ਹੋਇਆ, ਇੱਕ ਉਹਨਾਂ ਦੇ ਸ਼ਹੀਦ ਹੋ ਜਾਂਦੀ ਸੀ ਅਤੇ ਇੱਕ ਉਹਨਾਂ ਦੀ ਜਿਹੜੀ ਜਿਉਂਦੇ ਹੁੰਦੀ ਸੀ, ਅਤੇ ਬਾਅਦ 'ਚੋਂ ਹੌਲੀ ਹੌਲੀ ਜਿਹੜੀਆਂ ਫੋਟੋਆਂ ਮੈਨੂੰ ਜਿਵੇਂ ਮੈਂ ਵਿਚਰਦਾ ਗਿਆ ਅਤੇ ਮਿਲਣੀਆਂ ਸ਼ੁਰੂ ਹੋਈਆਂ। ਸੋ ਇਸ ਕਰਕੇ ਉਹਨਾਂ ਦੀ ਪਛਾਣ ਬਹੁਤ ਘੱਟ ਸੀਗੀ ਲੋਕਾਂ ਨੂੰ ਵੀ ਰਛਪਾਲ ਸਿੰਘ ਛੰਦੜਾ ਹੈ ਕੌਣ ਹੈ। ਅਤੇ
ਉਹਨਾਂ ਦੇ ਜਿਹੜਾ ਹੈਗਾ ਵੀ ਜਦੋਂ ਉਹ ਪਛਾਣ ਕਰਤੀ ਤੇ ਉਹਨਾਂ ਨੇ ਜਿਹੜੇ ਕਿਤੇ ਰਸ ਪੀਤਾ ਜੂਸ ਦਾ ਤੇ ਉੱਥੇ ਪੁਲਿਸ ਵਾਲੇ ਸਿਵਲ ਦੇ ਵਿੱਚ ਸੀ, ਉਹਨਾਂ ਨੇ ਕੋਲੋਂ ਦੇਖਿਆ ਵੀ ਰਸ਼ਪਾਲ ਸਿੰਘ ਛੰਡੜਾ ਹੀ ਆ। ਜਦੋਂ ਉਹਨਾਂ ਨੇ ਪਛਾਣ ਕਰਕੇ ਓਕੇ ਕਰਤਾ ਵੀ ਇਹ ਉਹੀ ਨੇ, ਤੇ ਜਦੋਂ ਇਹ ਸਾਈਕਲ ਦੇ ਦੁਬਾਰਾ ਤੁਰੇ ਨੇ ਤੇ ਉਹਨਾਂ ਨੇ ਜਿਪਸੀ ਲਿਆ ਕੇ ਵਿੱਚ ਮਾਰੀ, ਤੇ ਜੇ ਫਾਦਰ ਸਾਹਿਬ ਚਲਾਉਂਦੇ ਸੀਗੇ ਤੇ ਦਿਸ਼ਾ 'ਚ ਜਿਹੜੇ ਮੂਹਰੇ ਬੈਠੇ ਸੀਗੇ ਤੇ ਜਿਪਸੀ ਵਿੱਚ ਮਾਰੀ ਤੇ ਫਾਦਰ ਸਾਹਿਬ ਦੀ ਲੱਤ ਟੁੱਟ ਗਈ ਸੀ ਲੈਫਟ ਸਾਈਡ ਦੀ, ਤੇ ਜਦ ਲੱਤ ਟੁੱਟੀ ਉਹਨਾਂ ਨੇ ਉਦੋਂ ਫਾਦਰ ਸਾਹਿਬ ਨਹੀਂ ਭਰ ਸਕੇ ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਉੱਥੇ ਚੱਕ ਕੇ ਜਿਪਸੀ 'ਚ ਲੈ ਗਏ ਆ, ਤੇ ਜਿਹੜੇ ਦਿਸ਼ਾ ਚਾਚਾ ਜੀ ਭੱਜੇ ਸੀ ਉਹਨਾਂ ਨੇ ਆਏ ਸੀ ਮੇਰੇ ਪਿੱਛੇ ਭੱਜਣਗੇ, ਤੇ ਉਹਨਾਂ ਨੇ ਪਹਿਲਾਂ ਫਾਦਰ ਸਾਹਿਬ ਨੂੰ ਫੜਿਆ, ਉਹ ਤੋਂ ਬਾਅਦ ਉਹਨਾਂ ਨੇ ਜਿਹੜਾ ਦਿਸ਼ਾ ਚਾਚਾ ਜੀ ਨੂੰ ਫੜਿਆ ਤੇ ਭਾਈ ਜਗਦੀਸ਼ ਸਿੰਘ ਦਿਸ਼ਾ ਨੇ ਉਦੋਂ ਮੌਕੇ 'ਤੇ ਜਿਹੜਾ ਸੈਗਨੇਟ ਖਾ ਲਿਆ ਸੀਗਾ ਉਹ ਮੌਕੇ 'ਤੇ ਹੀ ਚੜ੍ਹਾਈ ਕਰ ਗਏ, ਅਤੇ ਜਿਹੜੇ ਫਾਦਰ ਸਾਹਿਬ ਨੂੰ ਉਹ ਲੈ ਕੇ ਗਏ ਆ ਉੱਥੇ ਆਪਣੇ ਜਿਹੜੇ ਬੁੱਚੜਖਾਨੇ ਉਦੋਂ ਬਣੇ ਹੋਏ ਸੀ, ਅਤੇ ਉੱਥੇ ਫਾਦਰ ਸਾਹਿਬ ਨੂੰ ਜਦੋਂ ਪਹਿਲਾਂ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਫਾਦਰ ਸਾਹਿਬ ਦੇ ਕੋਲ ਜਿਹੜੇ ਐਵੀਡੈਂਸ ਸੀਗੇ ਉਹ ਹੋਰ ਸੀਗੇ, ਅਤੇ ਫਾਦਰ ਸਾਹਿਬ ਕਹਿੰਦੇ ਵੀ ਤੁਸੀਂ ਗਲਤ ਬੰਦਾ ਚੱਕ ਲਿਆ ਵੀ ਮੈਂ ਉਹ ਨਹੀਂ ਹੈਗਾ, ਫਿਰ ਉਹਨਾਂ ਨੇ ਬਾਅਦ 'ਚ ਪਛਾਣ ਕਰ ਲਈ ਵੀ ਰਸ਼ਪਾਲ ਸਿੰਘ ਛੰਡੜਾ ਹੀ ਨੇ। ਫਿਰ ਜਦੋਂ ਫਾਦਰ ਸਾਹਿਬ ਦਾ ਹੋ ਗਿਆ ਵੀ ਹੁਣ ਕਲੀਅਰ ਵੀ ਹੁਣ ਪਤਾ ਵੀ ਇਹਨਾਂ ਨੂੰ ਵੀ ਮੈਂ ਕੌਣ ਹਾਂ, ਫਿਰ ਉਹ ਕਹਿੰਦੇ ਜੀ ਵੀ ਮੈਂ ਇੱਕ ਆਪਣੀ ਕੌਮ ਦਾ ਜਰਨੈਲ ਹਾਂ, ਆਪਣੀ ਜਥੇਬੰਦੀ ਦਾ ਜਰਨੈਲ ਹਾਂ, ਵੀ ਮੈਂ ਕੋਈ ਜੇ ਗੱਲ ਕਰਨੀ ਹੈ ਮੈਂ ਕਿਸੇ ਛੋਟੇ ਮੋਟੇ ਅਫਸਰ ਨਾਲ ਨਹੀਂ ਕਰੂੰਗਾ, ਜੇ ਤੁਹਾਡਾ ਕੋਈ ਜਰਨੈਲ ਆ ਤਾਂ ਉਹਨੂੰ ਭੇਜੋ ਅਤੇ ਫਿਰ ਉਹਦਾ ਮੈਂ ਗੱਲ ਕਰੂੰਗਾ। ਅਤੇ ਉਦੋਂ ਤੱਕ ਉਹ ਫਾਦਰ ਸਾਹਿਬ ਨੂੰ ਡੈਰੋਗੇਟ ਬਹੁਤ ਕਰ ਚੁੱਕੇ ਸੀਗੇ, ਅਤੇ ਕੇ ਪੀ ਐੱਸ ਗਿੱਲ ਨੂੰ ਫਿਰ ਬੁਲਾਇਆ ਗਿਆ। ਜਦ ਕੇ ਪੀ ਐੱਸ ਗਿੱਲ ਆਇਆ ਤਾਂ ਉਦੋਂ ਹਾਲਾਤ ਫਾਦਰ ਸਾਹਿਬ ਦੇ ਬਹੁਤ ਨਾਜ਼ੁਕ ਹੋ ਗਏ ਕਿਉਂਕਿ ਉਦੋਂ ਤੱਕ ਉਹਨਾਂ ਨੇ ਬਹੁਤ ਡੈਰੋਗੇਟ ਕਰ ਚੁੱਕੇ ਸੀ ਮਨਾਉਣ ਨੂੰ, ਅਤੇ ਫਾਦਰ ਸਾਹਿਬ ਨੇ ਉੱਥੇ ਪਾਣੀ ਮੰਗਿਆ ਵੀ ਮੈਨੂੰ ਪਾਣੀ ਦਿਓ ਵੀ ਫਿਰ ਮੈਂ ਗੱਲ ਕਰਦਾ। ਜਦ ਉਹਨਾਂ ਨੇ ਪਾਣੀ ਦਿੱਤਾ ਤਾਂ ਫਾਦਰ ਸਾਹਿਬ ਨੇ ਪਹਿਲਾਂ ਜਿਹੜੀ ਕੁਰਲੀ ਸੀ ਉਹ ਸਿੱਧੀ ਕੇ ਪੀ ਐੱਸ ਗਿੱਲ ਦੇ ਮੂੰਹ 'ਤੇ ਜਿਹੜੀ ਕਰਤੀ, ਅਤੇ ਉਹਦੇ ਵਿੱਚ ਇੱਕੋ ਹੀ ਗੱਲ ਕਹੀ ਗਈ ਵੀ ਕਹਿੰਦੇ ਵੀ ਕੌਮ ਦੇ ਗਦਾਰਾ ਵੀ ਤੂੰ ਤਾਂ ਇਹ ਕਹਿੰਦਾ ਵੀ ਮੈਂ ਆਪਣੇ ਨਾਲ ਦੇ ਸਾਥੀਆਂ ਦਾ ਜਾਂ ਹੈ ਨਾ ਵੀ ਹੋਰ ਕੁਛ ਦੱਸੂਗਾ। ਹੁਣ ਗੱਲ ਕਰਦੇ ਹਾਂ ਹਲਕਾ ਸੰਗਰੂਰ ਦੀ, ਜਿੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਲੋਕ ਸਭਾ ਚੋਣਾਂ ਲੜ ਰਹੇ ਹਨ। ਅੱਜ ਉਹ ਪਿੰਡ ਛਜਲੀ ਵਿਖੇ ਪ੍ਰਚਾਰ ਕਰਨ ਪਹੁੰਚੇ ਜਿੱਥੇ ਆਪ ਬੀਬੀਆਂ ਨੇ ਮੂਹਰੇ ਹੋ ਕੇ ਸਰਦਾਰ ਮਾਨ ਲਈ ਪ੍ਰਚਾਰ ਕੀਤਾ ਅਤੇ ਕਿਹਾ ਕਿ ਸਾਨੂੰ 1,000 ਰੁਪਏ ਨਹੀਂ ਬਲਕਿ ਸਾਡੇ ਹੱਕ ਚਾਹੀਦੇ ਹਨ। ਅਤੇ ਨਾਲ ਹੀ ਪੰਜਾਬ ਦੇ ਵਿੱਚ ਵੱਧ ਰਹੀ ਨਸ਼ੇ ਅਤੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵੀ ਉਹਨਾਂ ਸਰਕਾਰਾਂ ਨੂੰ ਘੇਰਿਆ ਹੈ। ਸਾਡਾ ਹੱਕ ਸਾਨੂੰ ਦੇਵੇ, ਸਾਨੂੰ ਕਿਸੇ
ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਉਵੇਂ ਖਡੂਰ ਸਾਹਿਬ ਹਲਕੇ ਦੇ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਲਈ ਸੰਗਤ ਆਪ ਮੂਹਰੇ ਹੋ ਕੇ ਡੋਰ ਟੂ ਡੋਰ ਪ੍ਰਚਾਰ ਕਰ ਰਹੀ ਹੈ। ਪਿੰਡ ਜੋਧਪੁਰ ਦੇ ਲੋਕਾਂ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਪੂਰੀ ਸਪੋਰਟ ਦੇਣ ਦਾ ਭਰੋਸਾ ਦਿੱਤਾ ਅਤੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦਾ ਬੂਥ ਤੱਕ ਨਹੀਂ ਲੱਗਣ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਆਪਣੀ ਇੱਕ ਇੱਕ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਦੇਵਾਂਗੇ। ਪੰਜਾਬ ਦਾ ਪਾਣੀ ਜਿਹੜਾ ਉਹ ਦੂਸ਼ਿਤ ਹੋ ਚੁੱਕਾ, ਆਬੋ ਹਵਾ ਜਿਹੜੀ ਉਹ ਦੂਸ਼ਿਤ ਹੋ ਚੁੱਕੀ ਆ, ਲੋਕ ਨਸ਼ੇ ਦੇ ਵਿੱਚ ਖੁੱਭ ਚੁੱਕੇ ਆ। ਇਹਨਾਂ ਨੂੰ ਜਿਹੜੇ ਖਵਾਉਣ ਵਾਸਤੇ ਜਿਹੜੇ ਸਰਕਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਆ, ਭਾਵੇਂ ਕੋਈ ਸਰਕਾਰ ਆ ਜਾਏ, ਕਿਸੇ ਤਰ੍ਹਾਂ ਦੀ ਸਰਕਾਰ ਆ ਜਾਏ, ਉਹਨਾਂ ਨੇ ਪੰਜਾਬ ਦਾ ਭਲਾ ਨਹੀਂ ਚਾਹਿਆ। ਜਿੰਨੀ ਦੇਰ ਤੱਕ ਆਪਣਾ ਕੋਈ ਨੁਮਾਇੰਦਾ ਉੱਥੇ ਸਰਕਾਰ ਦੇ ਵਿੱਚ ਨਹੀਂ ਹੈਗਾ, ਜਿੰਨੀ ਦੇਰ ਤੱਕ ਸਰਕਾਰ ਦੇ ਵਿੱਚ ਆਪਣਾ ਨੁਮਾਇੰਦਾ ਨਹੀਂ ਹੈਗਾ, ਤਾਂ ਉਹ ਕੰਮ ਆਪਣੇ ਕੋਈ ਵੀ ਜਿਹੜੇ ਚੰਗੇ ਨਹੀਂ ਹੋ ਸਕਦੇ। ਇਹ ਹੁਣ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ ਜਿਤਾਵਾਂਗੇ, ਉੱਥੇ ਭੇਜਾਂਗੇ ਪਾਰਲੀਮੈਂਟ ਦੇ ਵਿੱਚ, ਭੇਜਣ ਤੋਂ ਬਾਅਦ ਇਹ ਆਪਣੇ ਜਿੰਨੇ ਵੀ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਉੱਥੇ ਉਜਾਗਰ ਕਰਨਗੇ। ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਭਾਈ ਅੰਮ੍ਰਿਤਪਾਲ ਸਿੰਘ ਗੱਲ ਕਰੂਗਾ। ਗੱਲ ਕਰਨ ਦੇ ਨਾਲ ਜਿੰਨੇ ਆਪਣੇ ਮੁੱਦੇ ਹੈਗੇ ਆ, ਨਸ਼ੇ ਦੇ ਹੈਗੇ ਆ, ਜਿਹੜਾ ਪਾਣੀ ਦੂਸ਼ਿਤ ਹੋ ਚੁੱਕਾ, ਦਰਿਆ ਆਪਣੇ ਖਤਮ ਹੋ ਚੁੱਕੇ ਆ, ਹਰਿਆਲੀ ਆਪਣੀ ਖਤਮ ਹੋ ਚੁੱਕੀ ਆ, ਇੱਕ ਨਾਂ ਦਾ ਹੀ ਸਿਰਫ ਔਰ ਸਿਰਫ ਪੰਜਾਬ ਰਹਿ ਗਿਆ, ਇਹਨੂੰ ਤੋੜੀ ਜਾ ਰਿਹਾ, ਖਤਮ ਕਰੀ ਜਾ ਰਿਹਾ। ਜਿਹੜੀ ਪੰਜਾਬ ਦੀ ਜਵਾਨੀ ਆ ਉਹਨੂੰ ਇਹ ਖਤਮ ਕਰੀ ਜਾ ਰਿਹਾ। ਹੁਣ ਇਹ ਪਿੰਡ ਪਿੰਡ ਜਿਹੜੀ ਲਹਿਰ ਚੱਲ ਪਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ, ਵੀ ਐਰਕੀ ਬੀਬੀ ਖਾਲੜਾ ਜੀ ਵਾਲੀ ਸਾਡੇ ਕੋਲ ਗਲਤੀ ਨਹੀਂ ਹੋਣੀ ਚਾਹੀਦੀ, ਐਰਕੀ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ, ਵੋਟਾਂ ਪਵਾ ਕੇ ਤੇ ਜਿਤਾਵਾਂਗੇ। ਹੁਣ ਪਿੰਡਾਂ ਵਾਲਿਆਂ ਨੇ ਇੱਕ ਤਹੱਈਆ ਕਰ ਲਿਆ, ਅਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਬੂਥ ਨਹੀਂ ਲੱਗਣ ਦੇਵਾਂਗੇ। ਕਈਆਂ ਪਿੰਡਾਂ ਨੇ ਪੱਕਾ ਮਤਾ ਪਾਤਾ ਪੰਚਾਂ ਸਰਪੰਚਾਂ ਨੇ। ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੋਂ ਬਾਅਦ ਹੁਣ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਚਮਚਾਗੀਰੀ ਨੇ ਇੱਕ ਹੋਰ ਨਵਾਂ ਵਿਵਾਦ ਛੇੜ ਲਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਉਹ ਗੁਰਬਾਣੀ ਵਿਚਲੇ ਸ਼ਬਦਾਂ ਦੀ ਤੁਲਨਾ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਰਦਾ ਹੋਇਆ ਵੇਖਿਆ ਜਾ ਸਕਦਾ, ਜਿਸ ਨੂੰ ਲੈ ਕੇ ਸਿੱਖਾਂ ਦੇ ਮਨਾਂ ਦੇ ਵਿੱਚ ਭਾਰੀ ਰੋਸ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਰਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਕਰਾਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਾਵਨ ਅਰਦਾਸ ਦਾ ਇੱਕ ਇੱਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਅਤੇ ਗੁਰਬਾਣੀ ਦੇ ਫਲਸਫੇ ਦੀ ਸੇਧ ਦੇ ਵਿੱਚ ਨਿਉਟਿਆਂ ਦੀ ਓਟ ਅਤੇ ਨਿਤਾਣਿਆਂ ਦੇ ਤਾਣ ਸ਼ਬਦ ਕੇਵਲ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਦੇ ਪਰਥਾਈ ਵਰਤੇ ਜਾਂਦੇ ਹਨ। ਉਹਨਾਂ ਕਿਹਾ ਹੈ ਕਿ ਕੁਲਵੰਤ ਸਿੰਘ ਪੰਡੋਰੀ ਖਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੈਸੇ ਤਾਂ ਗੁਰਬਾਣੀ 'ਚ ਲਿਖਿਆ ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ। ਜੇ ਕੋਈ ਬਣਿਆ ਅੱਜ
ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਬਾਅਦ ਮਾਣਯੋਗ ਮੁੱਖ ਮੰਤਰੀ ਸਾਹਿਬ ਬਣੇ ਆ, ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਜਿੱਥੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਦੇ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਇਆ ਜਾਵੇਗਾ, ਜਿਸ ਸੰਬੰਧੀ SGPC ਪ੍ਰਧਾਨ ਨੇ ਸੰਗਤ ਨੂੰ ਖਾਸ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਘਿਨੌਣੀ ਕਾਰਵਾਈ ਦੀ ਸਰਕਾਰਾਂ ਨੇ ਮੁਆਫ਼ੀ ਤਾਂ ਕੀ ਮੰਗਣੀ ਸੀ, ਸਗੋਂ ਸਿੱਖਾਂ ਦੇ ਨਾਲ ਧੱਕੇ ਦੀ ਦਾਸਤਾਨ ਹਾਲੇ ਵੀ ਲਗਾਤਾਰ ਜਾਰੀ ਹੈ। ਇਸ ਲਈ ਉਹਨਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਦੇ ਵਜੋਂ ਸੰਗਤ ਨੂੰ ਕਾਲੀਆਂ ਦਸਤਾਰਾਂ ਅਤੇ ਬੀਬੀਆਂ ਨੂੰ ਕਾਲੇ ਦੁਪੱਟੇ ਲੈਣ ਦੀ ਅਪੀਲ ਕੀਤੀ ਹੈ। ਕਥਾ ਕੀਰਤਨ ਦੇ ਪ੍ਰਵਾਹ ਵੀ ਨਾਲ ਚਲਾਉਣ ਅਤੇ ਜਿਹੜੇ ਸਾਡੇ ਸਕੂਲ ਕਾਲਜ ਆ ਉਹਨਾਂ ਨੂੰ ਵੀ ਇਹ ਸਖ਼ਤ ਹਦਾਇਤ ਆ ਕਿ ਉਹ ਵੀ ਭਾਵੇਂ ਹੁਣ ਛੁੱਟੀਆਂ ਹੀ ਆ ਉਹ ਵੀ ਆਪਣੇ ਆਪਣੇ ਸਕੂਲਾਂ ਦੇ ਵਿੱਚ ਕਾਲੀਆਂ ਦਸਤਾਰਾਂ ਜਿਹੜੇ ਸਾਡੇ ਟੀਚਰ ਆ ਜਾਂ ਬੱਚੇ ਵਿਦਿਆਰਥੀ ਆ ਉਹ ਵੀ ਸਾਰੇ ਕਾਲੀਆਂ ਜਿਹੜੀਆਂ ਆ ਉਹ ਦਸਤਾਰਾਂ ਸਜਾਉਣ। ਅਤੇ ਦੂਸਰਾ, ਕਿਉਂਕਿ ਦੋ ਪਵਿੱਤਰ ਸਰੂਪ ਸਤਿਗੁਰਾਂ ਦੇ ਜਿਹੜੇ ਉਸ ਵੇਲੇ ਦੀ ਗੋਲੀ ਦੇ ਫੱਟੜ ਕੀਤੇ ਉਸ ਜ਼ਾਲਮ ਸਰਕਾਰ ਨੇ, ਉਹਦਾ 26 ਮਈ ਤੋਂ ਜਿਵੇਂ ਪਿਛਲਿਆਂ ਸਾਲਾਂ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਬੁੰਗਾ ਵਿਖੇ ਉਹਦਾ ਪ੍ਰਕਾਸ਼ ਨਹੀਂ ਲੋਕਾਂ ਦੇ ਦਰਸ਼ਨਾਂ ਲਈ ਉਹ ਉੱਥੇ ਸਰੂਪ ਸੁਸ਼ੋਭਿਤ ਕੀਤੇ ਜਾਂਦੇ ਆ, ਸੋ ਸਰੂਪ ਸੁਸ਼ੋਭਿਤ ਕੀਤੇ ਜਾਣਗੇ। ਸੋ ਇਹ ਸਿੰਘ ਸਾਹਿਬ ਵੱਲੋਂ ਉਚੇਚੇ ਤੌਰ 'ਤੇ ਉਦੇਸ਼ ਸੀਗਾ। ਸੋ ਸਾਰੀ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 40 ਸਾਲ ਬੀਤ ਜਾਣ ਤੋਂ ਬਾਅਦ ਅੱਜ ਸਾਡੇ ਉਹ ਯੋਧੇ ਜਿਨ੍ਹਾਂ ਨੇ ਕੌਮੀ ਦਰਦ ਨੂੰ ਮਹਿਸੂਸ ਕਰਕੇ ਜੇ ਕੁਝ ਕੀਤਾ ਵੀ ਆ ਅਤੇ ਅੱਜ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ 35-35 ਸਾਲ 29-29 ਸਾਲ ਹੋ ਗਏ ਆ ਅਤੇ ਅੱਜ ਵੀ ਸਰਕਾਰ ਉਹਨਾਂ ਦੀਆਂ ਜਿਹੜੀਆਂ ਆ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਹੀਂ ਕਰ ਰਹੇ। ਸੋ ਉਹਦੇ ਤਹਿਤ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਆਪਾਂ ਕਾਲੀਆਂ ਦਸਤਾਰਾਂ ਸਜਾਉਣੀਆਂ, ਕਾਲੇ ਦੁਪੱਟੇ ਬੀਬੀਆਂ ਲੈਣ। ਭਾਈ ਬਲਵੰਤ ਸਿੰਘ ਰਾਜੋਵਣ ਜਿਹੜੇ ਵਾਅਦੇ ਸਰਕਾਰਾਂ ਨੇ ਕੀਤੇ ਸੀ ਮੁਨਕਰ ਹੋ ਗਏ ਅਤੇ ਆ ਹੁਣ ਦੇ ਵੀ ਜਿਹੜੇ ਮੈਂ ਦੇਖਦਾ ਰਾਜ ਸ਼ਾਸਕ ਆ ਉਹ ਵੀ ਕੋਈ ਢਿੱਲ ਮਾਤਰ ਉਹਦੇ ਵਿੱਚ ਕੋਈ ਰਿਆਇਤ ਨਹੀਂ, ਰਿਆਇਤ ਤਾਂ ਅਸੀਂ ਮੰਗਦੇ ਨਹੀਂ, ਇਨਸਾਫ ਕਰਨ ਨੂੰ ਤਿਆਰ ਨਹੀਂ ਗਏ। ਕਿਉਂਕਿ ਜਿਹੜਾ 20 ਸਾਲ ਦੇ ਵਿੱਚ ਕੈਦ ਕੱਟ ਕੇ ਆ ਜਾਂਦਾ ਉਹ ਫਿਰ 35 ਸਾਲ ਦਾ ਅੰਦਰ ਬੈਠਾ। ਸੋ ਇਹ ਸਭ ਕਾਸੇ ਦੇ ਲਈ ਸਿੰਘ ਸਾਹਿਬਾਨ ਵੱਲੋਂ, ਪੰਜ ਸਿੰਘ ਸਾਹਿਬਾਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ। ਅੱਜ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੇ ਵਿੱਚ ਪੰਥਕ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਇੱਕ ਬਜ਼ੁਰਗ ਨਿਹੰਗ ਸਿੰਘ ਨੇ ਹੱਡੀ ਹੰਢਾਏ ਸ਼ਹੀਦੀ ਸਾਕੇ ਦਾ ਵਰਤਾਂਤ ਵੀ ਸੰਗਤ ਦੇ ਨਾਲ ਸਾਂਝਾ ਕੀਤਾ। ਇੱਕ ਹੋਰ ਚੋਬ ਹੁੰਦੀ ਆ ਜਿਹੜੀ ਮੈਦਾਨੇ ਜੰਗ ਵਿੱਚ ਜਾ ਕੇ ਲੱਗਦੀ ਆ ਜੀ, ਦੋਹਰੀ ਚੋਬ ਲੱਗਦੀ ਉਹ ਜੰਗ ਮੁਸਾਫਾ ਬੱਜਿਆ ਲੜ ਘੁਰੇ ਨਗਾਰੇ ਅਤੇ ਸਾਰੇ ਸਿੰਘਾਂ ਨੇ ਤਿਆਰ ਹੋਏ। ਸਭ ਤੋਂ ਮੋਹਰੇ ਨਗਾਰੇ ਵਾਲਾ ਸਿੰਘ ਹੁੰਦਾ ਜੀ, ਉਹਦੇ ਪਿੱਛੇ ਨੀਲਾ ਨਿਸ਼ਾਨ ਸਾਹਿਬ ਘੋੜੇ 'ਤੇ, ਉਹਦੇ ਪਿੱਛੇ ਬਾਬਾ ਜੀ ਘੋੜੇ 'ਤੇ, ਬਾਕੀ ਸਾਰੀ ਪਿੱਛੇ ਫੌਜ ਹੁੰਦੀ ਅਤੇ ਇੱਦਾਂ ਚਾਲੇ ਪਾਉਂਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਤੋਂ ਪੱਠਾ ਸਾਹਿਬ, ਰਾਣੀ ਦੀ ਰਾਏਪੁਰ, ਨਰੈਣਗੜ੍ਹ ਅਤੇ ਟੋਕਾ ਸਾਹਿਬ ਹੁੰਦੇ ਹੋਏ ਨਾਹਨ ਵਾਲੀਆਂ ਪਹਾੜੀਆਂ ਦੇਖੋ, ਹੁਣ ਗੱਡੀਆਂ ਹੀ ਮਾਸੀ ਚੜ੍ਹਦੀਆਂ ਉੱਥੇ, ਉਹ ਗੱਡੇ ਕਿੱਦਾਂ ਚਾੜ੍ਹੇ ਉਸ ਵੇਲੇ ਹੋਣਗੇ ਸਿੰਘਾਂ ਨੇ, ਅਤੇ ਉਸ ਵੇਲੇ ਸਮਾਂ ਇੱਦਾਂ ਦਾ ਸੀ ਅਤੇ ਫਿਰ ਚਾੜ੍ਹਨੇ ਨਾਲੋਂ ਗੱਡੇ ਉਤਾਰਨੇ ਹੋਰ ਔਖੇ ਆ ਜੀ, ਕੋਈ ਬ੍ਰੇਕ ਨਹੀਂ ਹੁੰਦੇ ਜੀ, ਮੋਹਰੇ ਘੋੜੇ ਦਲ ਦਾ ਪੜਾਅ ਕਰਕੇ ਬਾਬਾ ਜੀ ਨੇ ਦਸਾਂ ਬਦਲ ਸਿੰਘਾਂ ਨੂੰ ਸਾਨੂੰ ਹੁਕਮ ਲਾਉਣਾ, ਜਾਓ ਜਹਾਜ਼ ਲੈ ਕੇ ਆਓ, ਗੱਡੇ ਨੂੰ ਜਹਾਜ਼ ਕਹਿੰਦੇ ਆ ਜੀ, ਪਿੱਛੇ ਰੱਸੇ ਪਾ ਕੇ
ਤੇ ਗੱਡੀਆਂ ਜਦੋਂ ਥੱਲੇ ਤਾਲੇ ਪਿੱਛੇ ਨੂੰ 10 ਸਿੰਘਾਂ ਨੇ 15 ਨੇ ਪਿੱਛੇ ਨੂੰ ਖਿੱਚ ਕੇ ਸਹਿਜੇ ਵੀ ਕਿਤੇ ਰੇੜ ਕੇ ਗਾਹ ਥੱਲੇ ਨਾ ਚਲੇ ਜਾਣ, ਕਿਉਂਕਿ ਇੱਦਾਂ ਸਿੱਧੀਆਂ ਪਹਾੜੀਆਂ ਥੱਲੇ ਨੂੰ ਇੱਦਾਂ ਤਾਹਾਂ ਨੂੰ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਮਹੰਤ ਨੇ ਬੜੀਆਂ ਰੁਕਾਵਟਾਂ ਖੜੀਆਂ ਕੀਤੀਆਂ, 2-2.5-2.5 ਸੌ ਬੰਦਾ ਪੁਲਿਸ ਦਾ ਰਾਹ 'ਚ ਖੜਾ ਕੀਤਾ, ਫਿਰ ਹੋਰ ਦਾਅ ਵਰਤਿਆ ਵੀ ਜਿੱਦਾਂ ਕਿਹਾ ਜੇ ਧਨ ਜਾਂਦਾ ਦੇਖੀਏ ਅੱਧਾ ਦਈਏ ਵੰਡ, ਜੇ ਧਨ ਸਾਰਾ ਹੀ ਜਾਂਦਾ ਦਿਸੇ ਕਹਿੰਦੇ ਅੱਧਾ ਦੇ ਦਿਓ, ਅੱਧਾ ਤਾਂ ਬਚ ਜਾਂਦਾ ਜੀ। ਮਹੰਤ ਨੇ ਚਾਲ ਖੇਲੀ, ਰਸਤੇ ਵਿੱਚ ਪੁਲਿਸ ਅਫਸਰਾਂ ਨੂੰ ਭੇਜਿਆ, ਬਾਬਾ ਜੀ ਨੂੰ ਕਹੋ 5 ਲੱਖ ਰੁਪਈਆ ਅਤੇ ਜਿੰਨੀ ਤੁਸੀਂ ਰਸਤ ਕਹੋ 5 ਮੀਲ ਪਿੱਛੇ ਪੂਰਵਾਲ ਲੰਗਰ 'ਚ ਇਹ ਲੈ ਲਓ, ਇੱਥੋਂ ਹੀ ਮੁੜ ਜਾਓ ਤੁਸੀਂ। ਆਏ ਅਫਸਰਾਂ ਨਾਲ ਗੱਲਬਾਤ ਹੋਈ, ਰਾਤ ਦਾ ਸਮਾਂ ਸੀ 11 ਵਜੇ। ਦਾਸ ਨੇ ਉਹ ਲਿਖੀ ਆ ਸਾਰੀ ਜਿਹੜੀ ਖੁੱਲ੍ਹੀ ਸ਼ਹੀਦੀ ਸਾਕੇ ਦੀ ਸਾਰੀ ਵਾਰਤਾ ਹੈ ਤਾਂ ਸਿੱਧੇ ਪੱਧਰੇ ਸ਼ਬਦਾਂ 'ਚ, ਕਿਉਂਕਿ ਦਾਸ ਕੋਈ ਵਿਦਵਾਨ ਨਹੀਂ। ਗੁਰੂ ਜੀ ਨੇ ਘੋੜਿਆਂ ਨੂੰ ਪੱਠੇ ਪਾਉਣ ਵਾਲਾ ਘਾਹ ਹੀ ਇੱਕ ਤਰ੍ਹਾਂ ਦਾ, ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਉਹ ਸਾਰਾ A to Z ਸਾਰਾ ਲਿਖਿਆ ਜੀ, ਅਤੇ ਸਾਰਾ ਪੜ੍ਹੋਗੇ ਜੇ ਸਾਰਾ ਸੁਣਾਉਣ ਲੱਗੀਏ ਤਾਂ 3-4 ਘੰਟੇ ਲੱਗ ਜਾਂਦੇ ਜੀ, ਵੀ ਕਿੱਦਾਂ ਕਿੱਦਾਂ ਹੋਇਆ ਜੀ। ਉੱਥੋਂ ਚਾਲੇ ਪਾਏ, ਹਾਂ ਬਾਬਾ ਜੀ ਕਹਿਣ ਲੱਗੇ ਅਸੀਂ ਕੋਈ ਰੁਪਈਏ ਲੈਣ ਨਹੀਂ ਆਏ। ਖਬਰ ਪਟਿਆਲਾ ਤੋਂ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਹਲਕੇ ਨੂੰ ਚਫੇਰਿਓਂ ਸੀਲ ਕਰ ਦਿੱਤਾ ਗਿਆ ਸੀ। ਰੈਲੀ ਦਾ ਵਿਰੋਧ ਕਰਨ ਲਈ ਪਟਿਆਲਾ ਵੱਲ ਕੂਚ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਪੁਲਿਸ ਨੇ ਰਸਤੇ ਦੇ ਵਿੱਚ ਹੀ ਘੇਰ ਲਿਆ। ਕਿਸਾਨ ਰਾਜਪੁਰਾ ਵਾਲੇ ਪਾਸਿਓਂ ਤੋਂ ਪਟਿਆਲਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਪੁਲਿਸ ਨੇ ਰਸਤੇ ਦੇ ਵਿੱਚ ਹੀ ਰੋਕ ਕੇ ਰੱਖਿਆ, ਅਤੇ ਨਾਲ ਹੀ ਰੇਤ ਦੇ ਨਾਲ ਭਰੇ ਟਰੱਕਾਂ ਦੀ ਬੈਰੀਗੇਡਿੰਗ ਵੀ ਕੀਤੀ ਗਈ ਸੀ। ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜੀ, ਕਿਉਂਕਿ ਸਾਡੇ PM ਸਾਹਿਬ ਇੱਥੇ ਆ ਰਹੇ ਨੇ, ਉਹ ਸਾਡੀਆਂ ਅਜੇ ਜਿਹੜੀਆਂ ਮੰਗਾਂ ਨੇ ਉਹ ਸਾਡੀਆਂ ਜਿਉਂਦੀਆਂ ਤਿਉਂ ਪਈਆਂ ਨੇ। ਕਿਹੜਾ ਮੂੰਹ ਲੈ ਕੇ ਆ ਰਹੇ ਨੇ, 3 ਦਿਨ ਹੋ ਗਏ ਸਾਡਾ ਪਟਿਆਲੇ 'ਚ ਬੁਰਾ ਹਾਲ ਕੀਤਾ ਪਿਆ ਲੋਕਾਂ ਦਾ, ਸਾਡੀਆਂ ਸਾਰੀਆਂ ਸੜਕਾਂ ਜਾਮ ਕੀਤੀਆਂ ਪਈਆਂ ਨੇ, ਸਾਡੇ ਨਾਲ ਕੋਈ ਵੀ ਇਹਨਾਂ ਦਾ ਅਧਿਕਾਰੀ ਗੱਲਬਾਤ ਕਰਨ ਨੂੰ ਤਿਆਰ ਨਹੀਂ। ਫਿਰ ਕੀ ਕਰਨਗੇ ਅਤੇ ਕਿਹਨੂੰ ਦਿਖਾਉਣ ਆਉਣਗੇ ਵੀ ਅਸੀਂ ਆ ਰਹੇ? ਲੋਕ ਸਾਰੀ ਪਬਲਿਕ ਤਾਂ ਨਾਰਾਜ਼ ਆ, ਸੜਕਾਂ 'ਤੇ ਹੋਈ ਬੈਠੀ ਹੈਗੀ। ਹਾਂਜੀ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਪੰਜਾਬ ਦੀ ਪਹਿਲੀ ਫੇਰੀ ਜਿਹੜੀ ਉਹ ਪਟਿਆਲਾ ਵਿੱਚ ਆ ਰਹੇ ਨੇ। ਇੱਥੇ ਸੰਯੁਕਤ ਮੋਰਚੇ ਵੱਲੋਂ ਜੋ ਐਲਾਨ ਕੀਤਾ ਵੀ ਭਾਜਪਾ ਭਜਾਓ ਦੇਸ਼ ਬਚਾਓ ਅਤੇ ਕਾਰਪੋਰੇਟ ਨੂੰ ਭਜਾਓ ਦੇਸ਼ ਬਚਾਓ, ਅਤੇ ਇਸ ਦੇ ਤਹਿਤ ਅਸੀਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨਾ ਹੈ, ਕਾਲੇ ਝੰਡੇ ਵਿਖਾਵਾਂਗੇ, ਕਿਉਂਕਿ ਉਹ ਜਿਹੜੇ ਤੱਕ ਜਾਣ ਨਹੀਂ ਦਿਆ ਫਿਰ ਕਿੱਥੇ ਵੇਖੋ, ਅਸੀਂ ਜਿੱਥੋਂ ਤੱਕ ਜਾਵਾਂਗੇ ਜਾਵਾਂਗੇ, ਜੇ ਨਹੀਂ ਤਾਂ ਫਿਰ ਅਸੀਂ ਸੜਕਾਂ 'ਤੇ ਜੇ ਨਾ ਜਾਣ ਦਿੱਤਾ ਅਸੀਂ ਸੜਕਾਂ 'ਤੇ ਧਰਨੇ ਲਾ ਕੇ ਬੈਠਾਂਗੇ। ਫਿਰ ਜੋ ਸਾਡਾ ਸੰਯੁਕਤ ਮੋਰਚੇ ਦਾ ਲਿਖਿਆ ਹੋਇਆ ਪ੍ਰੋਗਰਾਮ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ, ਉਹਨਾਂ ਦਾ ਡਟ ਕੇ ਵਿਰੋਧ ਅਸੀਂ ਕਰ ਰਹੇ ਹਾਂ। ਜਿੱਥੇ ਵੀ ਸਾਨੂੰ ਪ੍ਰਸ਼ਾਸਨ ਰੋਕੇਗਾ ਅਸੀਂ ਆਪਣਾ ਜ਼ੋਰ ਲਾਵਾਂਗੇ ਪਟਿਆਲੇ ਪਹੁੰਚਣ ਦਾ। ਅਸੀਂ ਸ਼ਾਂਤਮਈ ਰਹਿ ਕੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ, ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸੰਗਰੂਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਵੇਖਦਿਆਂ ਭਗਵੰਤ ਮਾਨ ਸਰਕਾਰ ਕਾਫੀ ਚਿੰਤਾ ਦੇ ਵਿੱਚ ਹੈ, ਅਤੇ ਹੁਣ ਤਾਂ ਹਾਲਾਤ ਅਜਿਹੇ ਬਣ ਗਏ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਆਪ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੀ ਹੋਈ ਵੇਖੀ ਜਾ ਸਕਦੀ ਹੈ। ਸੰਗਰੂਰ ਵਿਖੇ ਮੀਤ ਹੇਅਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਮੌਕੇ ਡਾਕਟਰ ਗੁਰਪ੍ਰੀਤ ਕੌਰ ਨੇ ਔਰਤਾਂ ਨੂੰ ਸਰਕਾਰ ਦੇ ਵੱਲੋਂ 1,000 ਰੁਪਏ ਦੇਣ ਦਾ ਵਾਅਦਾ ਚੋਣਾਂ ਤੋਂ ਬਾਅਦ ਪੂਰਾ ਕੀਤੇ ਜਾਣ ਦਾ ਭਰੋਸਾ ਦਿੱਤਾ, ਜਿਸ ਨੂੰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਝੂਠਾ ਕਰਾਰ ਦਿੱਤਾ। ਲੇਡੀਜ਼ ਦਾ 1,000 ਰੁਪਿਆ ਜਿੱਥੇ ਵੀ ਮੈਂ ਜਾਂਦੀ ਹਾਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1,000 ਰੁਪਿਆ ਕਦ ਲਾਗੂ ਕਰੂਗੀ। ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ
ਇਸੀ ਸਾਲ ਦੇ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਸ ਗੱਲਾਂ ਨਾਲ ਪਿੱਛੇ ਰਹੋ ਕਿ 1000 ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਨਗੇ ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਧੂਰੀ 'ਚ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ 2 ਸਾਲਾਂ 'ਚ ਕਰਕੇ ਦਿਖਾਤੇ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਉਹਨੂੰ ਦੇਖ ਲਏ ਬਹੁਤ ਵਾਰ ਤੁਸੀਂ ਜਿਤਾਇਆ ਜਿਵੇਂ ਅਰਵਿੰਦ ਖੰਨਾ ਜੀ ਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 'ਚ ਇੱਥੋਂ ਜਿਤਾ ਕੇ ਭੇਜਿਆ ਜਦਕਿ ਉਹ ਤੁਹਾਡਾ ਸਾਥ ਛੱਡ ਕੇ ਇੱਥੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਭਜਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾ ਦਿਓ ਜੀ ਇੱਥੇ ਅਸੀਂ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਝੂਠ ਨੇ ਤਾਂ ਝੂਠੀ ਰਹਿਣਾ ਹੈ ਕਿ ਨਹੀਂ ਬੜਾ ਵੱਡਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਤੇ ਲੋਕਾਂ ਨੇ 2.5 ਸਾਲ ਉਹਨਾਂ ਦੀ ਸਰਕਾਰ ਨੂੰ ਵੇਖਿਆ ਮੈਂ ਤਾਂ ਸਿਰਫ ਉਹ ਗੱਲ ਕਰੂੰਗੀ ਜੋ ਪ੍ਰੈਕਟੀਕਲੀ ਵੇਖ ਰਹੇ ਹਾਂ ਮਿਲਿਆ ਨਹੀਂ ਫਿਊਚਰ 'ਚ ਕੀ ਹੋਣਾ ਹੈ ਮਗਰ 2.5 ਸਾਲ ਲੋਕਾਂ ਨੇ ਝੂਠ ਵੇਖਿਆ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਕੋਈ ਉਮੀਦ ਇਸ ਤਰ੍ਹਾਂ ਦਾ ਸੋ ਇਹ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਜਲਦੀ ਮਿਲਦੇ ਹਾਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ